ஜிஎஸ்கே டிவி தா தர்மக புறால ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਧੰਨਾ ਜੀ ਦਾ ਜਨਮ ਸੰਮਤ 1473 ਵਿੱਚ ਰਾਜਸਥਾਨ ਵਿਖੇ ਟਾਂਕ ਦੇ ਇਲਾਕੇ ਵਿੱਚ ਪਿੰਡ ਧਵਾਨ ਵਿਖੇ ਹੋਇਆ। ਆਪ ਨੇ ਭਗਤਾਂ ਦੀ ਬਾਣੀ ਪੜ੍ਹੀ ਅਤੇ ਸੁਣੀ। ਬਾਣੀ ਪੜ੍ਹ ਅਤੇ ਸੁਣ ਕੇ ਆਪਣੀ ਬਾਣੀ ਵਿੱਚ ਭਗਤਾਂ ਦੀ ਉਸਤਤ ਕੀਤੀ। ਕੀ ਕਿਹਾ? ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੇ ਗਿਣਿਆ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ। ਪੰਡਿਤ ਤਰਲੋਚਨ ਜੀਆਂ ਨੇ ਇੱਕ ਪੱਥਰ ਦਾ ਬੱਟਾ ਦੇਤਾ। ਉਹਦੇ 'ਤੇ ਸ਼ਰਧਾ ਰੱਖ ਕੇ ਵਿਸ਼ਵਾਸ ਰੱਖ ਕੇ ਆਵਾਜ਼ ਦਿੰਦਾ, ਕਹਿੰਦਾ ਭੀਰਣੀ ਦੇ ਜੂਠੇ ਬੇਰ ਖਾ ਗਿਆ, ਸੁਧਾਮੇ ਦੇ ਸੁੱਕੇ ਤੰਦਲ ਚੱਬ ਗਿਆ। ਤੂੰ ਸਾਰਾ ਕੁਛ ਕੀਤਾ, ਨਾਮਦੇਵ ਦੀ ਛੱਪਰੀ ਬਣਾ ਗਿਆ, ਭਗਤ ਕਬੀਰ ਦਾ ਜੱਗ ਰੱਜ ਗਿਆ। ਲੋ ਕਵਿਤਾ ਸੁਣੋ ਮੇਰੇ ਵੀਰਾਂ ਤੋਂ, ਇਕਬਾਲ ਸਿੰਘ ਫੇਰੋ ਕੇ, ਪਰਮਜੀਤ ਸਿੰਘ ਪੰਮਾ ਅਤੇ ਮਨਪ੍ਰੀਤ ਸਿੰਘ ਮਨੂ ਦੀਆਂ ਆਵਾਜ਼ਾਂ ਵਿੱਚ, ਵੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਲ ਸਵਾਰ ਦਾ ਸਾਥੀ ਬਈ ਹੇ। ਇਹੋ ਕਹਿੰਦੇ ਆ ਬਈ। ਹੋ ਜਿਹੜੀ ਲਿਆਂਦੀ ਸੀ ਸਮਗਰੀ ਸਾਰੀ ਪਾਲੀ ਵਿੱਚ ਵੱਡੇ ਥਾਲ ਦੇ, ਹੁਣ ਲਾਓ ਤੁਸੀਂ ਭੋਗ ਮਰਾਰੀ। ਆਓ ਜੀ ਘਰ ਕੰਗਾਲ ਦੇ ਚੂਰੀ, ਦੋ ਕੱਪ ਕਾ ਕੇ ਮੋਟੀਆਂ, ਮੈਥੋਂ ਬਣਦਾ ਨੀ ਹਲਵਾ ਤੇ ਪੂਰੀ, ਮੱਕੀ ਦੀਆਂ ਛੱਕ ਰੋਟੀਆਂ ਨਹੀਂ ਮੱਖਣ ਪਾਲਾ ਰੱਥਾ ਕਮਾਲ ਦਾ ਛੱਕ ਲੈ ਸਮਾਨ ਲੋੜ ਕੇ ਤੰਨਾ ਜੱਟ ਕਾਲੇ ਆਲ ਤਾਗ ਪਾਲ ਦਾ ਬੇਗਾ ਰੋਵੇਂ ਹੱਥ ਰੋੜ ਕੇ ਲੱਡੂ ਬਰਫੀ ਬਦਾਨਾ ਪੇੜੇ ਲੱਡੂ ਬਰਫੀ ਬਦਾਨਾ ਪੇੜੇ ਦਿੰਦੇ ਜੋ ਬਿਪਰ ਬਾਣੀਏ ਕੇਲਾ ਸੰਤ ਰਾਏ ਅੰਗੂਰ ਫਲ ਜਿਹੜੇ ਅਸੀਂ ਪੇਂਡੂ ਕੀ ਜਾਣੀਏ ਸ਼ਾਹਾਨੇ ਸਵਾਤੀ ਮਹਿੰਗੇ ਮਾਲ ਦਾ ਪੀਂਦੇ ਜੋ ਲਹੂ ਨੂੰ ਚੋੜ ਕੇ ਤੰਨਾ ਜੱਟ ਕਰੇ ਆਲ ਤਾਗ ਪਾਲ ਦਾ ਬੇਗਾ ਰੋਵੇ ਹੱਥ ਰੋੜ ਕੇ ਖਾਦੇ ਪੀ ਲੈਣੀ ਦੇ ਹੱਥੋਂ ਜੂਠੇ ਬੇਰ ਈਰਖਾ ਦਿੱਤੀ ਤੀ ਆਗ ਤੈ ਸੁਣੀ ਸਾਧਨੇ ਕਸਾਈ ਵਾਲੀ ਟੇਰ ਜੀ ਬਿਦਰ ਦਾ ਖਾਦਾ ਸਾਗ ਤੈ ਹਾਂ